ਸਿੱਖਾਂ ਦੇ ਮਹਾਨ ਸ਼ਹੀਦ ਅਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਸ਼ਹੀਦੀ ਦਿਹਾੜੇ ਦੇ ਮੌਕੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ ਸੀ, ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨੀਏ ਭਾਈ ਜਗਦੀਪ ਸਿੰਘ ਦੇ ਵੱਲੋਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਹਜ਼ੂਰੀ ਰਾਗੀ ਨੇ ਦੱਸਿਆ ਕਿ ਅੱਜ ਸਿੱਖਾਂ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਭਾਈ ਤਾਰੂ ਜੀ ਦਾ ਜੀਵਨ ਸਿੱਖੀ ਸਿਦਕ ਨੂੰ ਸਮਰਪਿਤ ਸੀ। ਭਾਈ ਤਾਰੂ ਜੀ ਜੰਗਲਾਂ ਬੀਆਬਾਨਾਂ ਵਿੱਚ ਛੁਪੇ ਸਿੱਖਾਂ ਨੂੰ ਲੰਗਰ ਪ੍ਰਸਾਦ ਪਹੁੰਚਾਉਣ ਦੀ ਸੇਵਾ ਨਿਭਾਉਂਦੇ ਸਨ, ਜਿਸ ਦੇ ਦੋਸ਼ ਵਜੋਂ ਮੁਗਲ ਸ਼ਾਸਕ ਜਕਰੀਆ ਖਾਨ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਧਰਮ ਛੱਡਣ ਲਈ ਕਿਹਾ ਗਿਆ। ਪਰ ਭਾਈ ਤਾਰੂ ਨੇ ਸਿੱਖੀ ਸਿਰਕੇ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਗਲਾਂ ਦੇ ਵੱਲੋਂ ਉਹਨਾਂ ਦੀ ਖੋਪੜੀ ਕੇਸਾਂ ਸਮੇਤ ਉਤਾਰ ਕੇ ਉਹਨਾਂ ਨੂੰ ਤਸੀਹ ਦੇ ਕੇ ਸ਼ਹੀਦ ਕਰ ਦਿੱਤਾ। ਇਸ ਦੇ ਜਾਂਦੇ ਉਹਨਾਂ ਅੰਤ ਸਮੇਂ ਦੇ ਤੱਕ ਸਿੱਖੀ ਸਿਰਕ ਨਹੀਂ ਛੱਡਿਆ, ਜਿਨ੍ਹਾਂ ਦੀ ਸ਼ਹੀਦੀ ਨੂੰ ਅੱਜ ਵੀ ਸਿੱਖ ਕੌਮ ਯਾਦ ਰੱਖਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਵਾਲਾ ਦਿਨ, ਉਹਨਾਂ ਦੀ ਸ਼ਹੀਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਅੱਜ ਸੰਪੂਰਨ ਭੋਗ ਪਏ ਹਨ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਜਗਦੀਪ ਸਿੰਘ ਜੀ, ਤਿਨ੍ਹਾਂ ਦੇ ਕੀਰਤਨੀ ਜਥੇ ਨੇ ਅੰਮ੍ਰਿਤ ਬਾਣੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ। ਸੋ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਉਸ ਵੇਲੇ ਹੋਈ ਜਦੋਂ ਸਿੱਖਾਂ 'ਤੇ ਐਸਾ ਸਮਾਂ ਸੀ ਜੋ ਪੰਥ ਖਾਤਰ ਅਤੇ ਕੌਮ ਦੀ ਖਾਤਰ, ਆਜ਼ਾਦੀ ਦੀ ਖਾਤਰ ਜੂਝ ਰਹੇ ਸਨ। ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਜਾਣਾ, ਹਰ ਭਗਤ ਨਿਰੰਜਣੀਏ ਨੇ ਉਹਨਾਂ ਬਾਰੇ ਜੋ ਸੂਹ ਸੀ ਉਹ ਜਕਰੀਏ ਖਾਨ ਨੂੰ ਦਿੱਤੀ। ਉਸ ਵੇਲੇ ਭਾਈ ਤਾਰੂ ਸਿੰਘ ਜੀ ਦੀ ਉਮਰ 25 ਵਰਿਆਂ ਦੀ ਸੀ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਂਦਾ ਗਿਆ, ਉੱਥੇ ਜਕਰੀਏ ਖਾਨ ਵੱਲੋਂ ਉਹਨਾਂ ਨੂੰ ਇਸਲਾਮ ਕਬੂਲਣ ਵਾਸਤੇ ਕਿਹਾ ਗਿਆ। ਪਰ ਭਾਈ ਤਾਰੂ ਸਿੰਘ ਜੀ ਦੇ ਬੋਲ ਸਨ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਤਾਰੂ ਸਿੰਘ ਜੀ ਦਾ ਸੋ ਖੋਪਰ ਜਿਹੜਾ ਸੀ ਉਹ ਉਤਾਰਿਆ ਗਿਆ ਅਤੇ 22 ਦਿਨ ਭਾਈ ਤਾਰੂ ਸਿੰਘ ਜੀ ਖੋਪਰ ਤੋਂ ਬਿਨਾਂ ਜਿਉਂਦੇ ਰਹੇ ਅਤੇ ਜਕਰੀਏ ਖਾਨ ਨੂੰ ਜੁੱਤੀ ਅੱਗੇ ਲਾ ਕੇ ਨਰਕਾਂ ਨੂੰ ਤੋਰਿਆ ਅਤੇ ਅੱਜ ਵਾਲੇ ਦਿਨ 1745 ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਸੋ ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਕਿਰਪਾ ਕਰਨ, ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਔਰ ਭਾਈ ਸਾਹਿਬ ਦਾ ਜੀਵਨ ਜਿਹੜਾ ਹੈ ਉਹ ਸਿੱਖੀ ਅਤੇ ਸਿਦਕ ਨੂੰ ਸਮਰਪਿਤ ਸੀ। ਜਦੋਂ ਉਹਨਾਂ ਨੂੰ ਫੜ ਕੇ ਲਾਹੌਰ ਲਗਾਇਆ ਗਿਆ ਤਾਂ ਦੋਸ਼ ਉਹਨਾਂ 'ਤੇ ਇੱਕੋ ਸੀ ਕਿ ਉਹ ਜਿਹੜੇ ਸਿੰਘ ਜੰਗਲਾਂ ਅਤੇ ਬੀਆਬਾਨਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਔਰ ਉਹਨਾਂ ਦੇ ਸਿੰਘਾਂ ਨੂੰ ਰਾਤ ਨੂੰ ਜਾ ਕੇ ਜੰਗਲਾਂ ਵਿੱਚ ਜਿੱਥੇ ਜਿੱਥੇ ਵੀ ਸਿੰਘ ਰਹਿੰਦੇ ਸਨ ਪ੍ਰਸ਼ਾਦੇ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਸਨ। ਤਾਂ ਉਸ ਟਾਈਮ 'ਤੇ ਭਗਤ ਨਿਰੰਜਣੀਆ ਜਿਹੜਾ ਜਨਾ ਜੰਡਿਆਲੇ ਦਾ ਰਹਿਣ ਵਾਲਾ ਸੀ ਉਹਨੇ ਜਾ ਕੇ ਮੁਖਬਰੀ ਕੀਤੀ ਕਿ ਤੁਸੀਂ ਲਕੀਰਾਂ ਮਾਰਦੇ ਹੋ ਸੱਪ ਤਾਂ ਮਾਰਦੇ ਨਹੀਂ। ਤਾਂ ਉਸ ਟਾਈਮ 'ਤੇ ਜਕਰੀਆ ਖਾਨ ਨੇ ਹੁਕਮ ਦੇ ਕੇ ਭਾਈ ਤਾਰੂ ਸਿੰਘ ਜੀ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਕੇ ਕਿਹਾ ਤੁਸੀਂ ਆਪਣਾ ਜਿਹੜਾ ਸਿੱਖੀ ਅਤੇ ਸਿਦਕ ਹੈ ਇਹਨੂੰ ਛੱਡ ਦਿਓ, ਮੁਸਲਮਾਨ ਬਣ ਜਾਓ। ਤਾਂ ਉਸ ਟਾਈਮ 'ਤੇ ਭਾਈ ਤਾਰੂ ਸਿੰਘ ਨੇ ਕਿਹਾ ਕਿ ਮੇਰਾ ਸਿੱਖੀ ਸਿਰਕ ਜਿਹੜਾ ਇਹ ਕੇਸਾਂ ਸਵਾਸਾਂ ਸੰਗ ਨਿਭੂਗਾ। ਤਾਂ ਉਸ ਟਾਈਮ 'ਤੇ ਜਗਰੀਏ ਨੇ ਹੁਕਮ ਕੀਤਾ ਕਿ ਪਹਿਲਾਂ ਤਾਂ ਕਿਹਾ ਕਿ ਭਾਈ ਤਾਰੂ ਸਿੰਘ ਦੇ ਕੇਸ ਜਿਹੜੇ ਉਹ ਕਤਲ ਕਰ ਦਿਓ,
इतिहास कहता है कि केस कतल नहीं होए, फिर उस तो बाद रंबी दे नाल खोपरा उतारन दा जिहड़ा सी हुकम वो दिता गया और भाई तारू सिंह जी का जिहड़ा सी वो खोपरा तार के ते परे एक खड़ सी उहदे च सटिया गया। पर भाई तारू सिंह ने एक वचन किया सी, जकरिया तैनू जुत्ती अगे ला के खड़ांगे क्योंकि केस मेरे नहीं है, गुरु की मोहर है, गुरु की निशानी है, भाणा मन की निशानी है। सो इस तरह ही होया, जकरिए बन पिया। भाई साहब भाई तारू सिंह जी 22 दिन जिंदा रहे और 22 दिनों के बाद जदों इस दे दौरान ही जकरिए खां जिहड़ा सी वो बन पिया और भाई तारू सिंह दे पैर का जोड़ा जिहड़ा सी वो जकरिए खां दे सिर च मारिया। ज्यों ज्यों वो जोड़ा वजदा त्यों त्यों ही जिहड़ा पेशाब का बन सी टुटदा। खीर खालसे दियां जुत्तियां दी मार दा मारिया होया जकरिया खान मर गया। और जदों भाई तारू सिंह जी नूं पता लगा तो वह भी सचखंड नूं चले गए। सो मैं समझदा कि सिखी सिरक केसा सुवासा संघ निभाउण दा जिहड़ा इतिहास है वह भाई साहब भाई तारू सिंह जी ने निभाया। अज उहनां दा शहीदी दिन जिहड़ा है वह गुरद्वारा श्रोमणी गुरद्वारा प्रबंधक कमेटी वल्लों बहुत श्रद्धा सत्कार अते भावना नाल मनाया जा रहा। मैं नौजवान पीढ़ी नूं बेनती करनी चाहुंदा है जिहड़े दाड़ी ते केस कटवाई फिरदे आ जाणे ते अणजाणे कि उह भाई तारू सिंह दे जीवन तों सिख्या लै के दाड़ा ते केस रखण, गुरु वाले बण, बाणी ते बाणे नाल जुड़न। और जिहड़ा इत्थे नारा लग्गा मेरा सिर जावे ता जावे, मेरा सिखी सिरकणा जावे, इस नारे ते आपां पहरा दईए, गुरु वाले बणीए, बाणी ते बाणे नाल जुड़ के अमृत छकीए, गुरु वाले बणीए और लोग सुखीए परलोक सहेले, नानक हर प्रभ आपे मेले। सो गुरु वाले बणीए, बाणी ते बाणे नाल जुड़िए। इन्नियां ही बेनतियां नाल मैं समाप्ति करदा। वाहिगुरू जी का खालसा, वाहिगुरू जी की फतह। आवाजी कम टीवी दे अमृतसर तो पत्रकार सुनील कुमार की रिपोर्ट।